ਵਰਕਸ ਇੰਡੀਆ ਚੈਨਲ ਤੇ ਨਵੇਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ। ਅੱਜ ਆਪਾਂ ਪਹੁੰਚੇ ਹਾਂ ਇੱਕ ਲੋਕ ਟਾਇਲ ਇੰਡਸਟਰੀ, ਆਪਾਂ ਇਹਦਾ ਦੇਖਾਂਗੇ। ਲੋਕ ਟਾਇਲ ਇੰਡਸਟਰੀ ਜਿਹੜੀ ਹੈ ਰੂੜੇ ਕੇ ਪਿੰਡ ਦੇ ਵਿੱਚ ਹੈ, ਰੂੜੇ ਕੇ ਕਲਾਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ। ਇੱਥੇ ਬਹੁਤ ਦੇਰ ਤੋਂ ਜਿਹੜੀਆਂ ਲੋਕ ਟਾਇਲ ਬਣਾਈ ਜਾਂਦੀ, ਅਲੱਗ ਅਲੱਗ ਤਰ੍ਹਾਂ ਦੀਆਂ ਅਲੱਗ ਅਲੱਗ ਡਿਜ਼ਾਈਨਾਂ ਦੇ ਵਿੱਚ ਬਣਾਈਆਂ ਜਾਂਦੀਆਂ, ਅਸੀਂ ਦੇਖੀਆਂ ਸੀ ਬਹੁਤ ਸਾਰੀਆਂ ਕੋਠੀਆਂ ਦੇ ਵਿੱਚ ਜਿਹੜੀਆਂ ਲੋਕ ਟਾਇਲ ਫਿੱਟ ਹੋਈਆਂ ਸੀ ਵਧੀਆ ਡਿਜ਼ਾਈਨਾਂ ਦੇ ਵਿੱਚ। ਅਤੇ ਉਹ ਅਸੀਂ ਜਦੋਂ ਪੁੱਛਦੇ ਕਿ ਰੂੜੇ ਕਿਤੋਂ ਬਣੀ ਆ, ਰੂੜੇ ਕਿਤੋਂ ਬਣੀ ਆ, ਅੱਜ ਅਸੀਂ ਇਹ ਇੰਡਸਟਰੀ ਦੇਖਣ ਵਾਸਤੇ ਇੱਥੇ ਪਹੁੰਚੇ ਹਾਂ, ਗੁਰੂ ਨਾਨਕ ਲੋਕ ਟਾਇਲ ਇੰਡਸਟਰੀ। ਆਪਾਂ ਵੀ ਧਿਆਨ ਰੱਖੀਏ ਗੁਰੂ ਨਾਨਕ ਲੋਕ ਟਾਇਲ ਇੰਡਸਟਰੀ, ਇਹ ਜਿਨ੍ਹਾਂ ਦੀ ਇੰਡਸਟਰੀ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਅਤੇ ਲੋਕ ਟਾਇਲ ਆਪਾਂ ਵੱਖ ਵੱਖ ਜਿਹੜੀਆਂ ਡਿਜ਼ਾਈਨ ਦੀਆਂ ਹੈਗੀਆਂ ਉਹ ਵੀਡੀਓ ਰਾਹੀਂ ਦੇਖਾਂਗੇ ਵੀ। ਅਤੇ ਆਪਣੇ ਨਾਲ ਲੋਕ ਟਾਇਲ ਇੰਡਸਟਰੀ ਦੇ ਓਨਰ ਜਿਹੜੇ ਹੈ ਨੇ ਸਤਨਾਮ ਸਿੰਘ ਹੈ ਨੇ, ਇਹਨਾਂ ਨੂੰ ਪੁੱਛਾਂਗੇ, ਜਾਣਕਾਰੀ ਲੈਂਦੇ ਆਪਾਂ ਕਿਹੋ ਜਿਹਾ ਮਟੀਰੀਅਲ ਪਾ ਕੇ ਲੋਕ ਟਾਇਲ ਬਣਾਈ ਜਾਂਦੇ। ਵੀਰ ਜੀ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜੀ, ਤੁਹਾਡੇ ਕੋਲੋਂ ਵੱਖ ਵੱਖ ਤਰ੍ਹਾਂ ਦੀਆਂ ਲੋਕ ਟਾਇਲ ਜਿਹੜੀਆਂ ਹੈਗੀਆਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਫਿੱਟ ਕਰਨ ਵਾਸਤੇ ਜਾਂਦੀਆਂ ਨੇ, ਬੜੀ ਵਧੀਆ ਲੋਕ ਟਾਇਲ ਹੁੰਦੀ ਹੈ, ਅਤੇ ਤੁਸੀਂ ਕਿਹੜਾ ਮਟੀਰੀਅਲ ਪਾ ਕੇ ਜਿਹੜੀ ਹੈ ਲੋਕ ਟਾਇਲ ਬਣਾਉਂਦੇ? ਅਸੀਂ ਇੱਕ ਤਾਂ ਜਿਹੜੀ ਬਾਜਰੀ ਹੈ ਜੀ, ਬਾਜਰੀ ਪਾਉਂਦੇ ਹਾਂ ਅਸੀਂ ਵਧੀਆ ਧੋਤੀ ਹੋਈ, ਜਿਵੇਂ ਵਿੱਚ ਪਾਣੀ ਵਾਲੀ ਧੋਤੀ ਹੁੰਦੀ ਹੈ, ਵਿੱਚ ਮਿੱਟੀ ਵਾਲੀ ਹੁੰਦੀ ਹੈ, ਸਾਫ਼ ਬਾਜਰੀ ਪਾਉਂਦੇ ਹਾਂ। ਅਤੇ ਓ ਪੀ ਸੀ ਸਮੈਂਟ ਲਾਉਂਦੇ ਹਾਂ, ਹਰ ਇੱਕ ਕੰਪਨੀ ਦਾ ਮਿਲਦਾ ਇਹ, ਇੱਕ ਪੀ ਪੀ ਸੀ ਹੁੰਦਾ, ਇੱਕ ਓ ਪੀ ਸੀ ਹੁੰਦਾ। ਜਿਹੜਾ ਪੀ ਪੀ ਸੀ ਹੁੰਦਾ ਉਹ ਥੋੜ੍ਹਾ ਸਸਤਾ ਹੁੰਦਾ, ਜਿਹੜਾ ਓ ਪੀ ਸੀ ਹੁੰਦਾ ਉਹ 25-30 ਰੁਪਏ ਮਹਿੰਗਾ ਹੁੰਦਾ। ਅਲੱਗ ਅਲੱਗ ਕੰਪਨੀਆਂ ਦਾ ਫਰਕ ਹੈ, ਕਿਸੇ ਦਾ 20 ਰੁਪਏ ਦਾ ਫਰਕ ਹੈ, ਕਿਸੇ ਦਾ 30 ਦਾ, 25 ਦਾ। ਅਤੇ ਬਾਕੀ ਜਿਵੇਂ ਰੇਤਾ ਪਾਉਂਦੇ ਆ ਵਿੱਚ ਬਜਰੀ, ਬਰੀਕ ਪਾਉਂਦੇ ਆ ਬਰੇਤੀ, ਅਸੀਂ ਉਹ ਨਹੀਂ ਪਾਉਂਦੇ ਜੀ, ਅਸੀਂ ਆਹੀ ਪਾਉਂਦੇ ਹਾਂ, ਸੈਂਡ ਆ ਜਿਹੜਾ ਡਸਟ, ਸਟੋਨ ਡਸਟ ਕਹਿੰਦੇ ਆ ਇਹਨੂੰ। ਇਹ ਜਾਣੇ ਇਹਦਾ ਰੇਟ ਲਗਭਗ 48-50 ਰੁਪਏ ਹੈ। ਜਿਵੇਂ ਆਪਾਂ ਰੇਤਾ ਪਾ ਲਈਏ, ਸਸਤਾ ਪਾ ਲਈਏ ਰੇਤਾ, ਉਹਦਾ 25-30 ਰੁਪਏ ਮਿਲ ਜਾਂਦਾ, ਇਹੀ ਫਰਕ ਹੁੰਦਾ ਜੀ ਇਹਦੇ 'ਚ। ਬਾਕੀ ਸਾਡੀ ਸਾਰੀ ਗਰੰਟੀ ਹੈ, ਕੋਈ ਵਜਨ ਨਾਲ ਟਾਇਲ ਫੁੱਟ ਜੇ ਜਿਹੜੀ 60 mm ਹੁੰਦੀ ਹੈ, 40 ਵੀ ਹੈ, ਸਸਤੀ ਵੀ ਹੈ, ਮਹਿੰਗੀ ਵੀ ਹੈ, ਲਗਭਗ 10 ਰੁਪਏ ਤੋਂ ਲੈ ਕੇ 17-18 ਰੁਪਏ ਤੱਕ ਹੈ। ਤੁਸੀਂ ਇਹ ਕੰਮ ਕਦੋਂ ਤੋਂ ਸ਼ੁਰੂ ਕੀਤਾ ਹੈ? ਇਹ ਅਸੀਂ 15 'ਚ ਸ਼ੁਰੂ ਕੀਤਾ ਸੀ। ਮਤਲਬ ਤੁਸੀਂ ਪੂਰੇ ਇਸ ਦੇ ਕਾਰੀਗਰ ਹੋ? ਪਹਿਲਾਂ ਮੈਂ ਸੁਣਿਆ ਸੀ ਤੁਸੀਂ ਕੋਠੀਆਂ ਬਣਾਉਣ ਦਾ ਖੁਦ ਕੰਮ ਕਰਦੇ ਸੀ। ਹਾਂਜੀ ਹਾਂ, ਪਹਿਲਾਂ ਚਨਾਈ ਦਾ ਕੰਮ ਕਰਦੇ ਹੁੰਦੇ ਸੀ, ਮਾਤਾ ਗੁਜਰੀ ਸਕੂਲ ਵੀ ਬਣਾਇਆ ਹੋਇਆ ਸਾਡਾ, ਅਤੇ ਦੀਪਕ ਢਾਬਾ ਵੀ ਬਣਾਇਆ ਹੋਇਆ, ਸ਼ੇਰਾਂ ਵਾਲਾ ਪੈਲਸ ਵੀ ਬਣਾਇਆ ਹੋਇਆ। ਪਹਿਲਾਂ ਚਨਾਈ ਦਾ ਕੰਮ ਕਰਿਆ ਸੀਗਾ 20-22 ਸਾਲ, ਉਦੋਂ ਬਾਅਦ ਹੁਣ ਅਸੀਂ 2015 ਦੇ ਵਿੱਚ ਇਹ ਇੰਡਸਟਰੀ ਲਾ ਲਈ ਸੀ। ਇਹ ਜਿਹੜਾ ਤੁਸੀਂ ਰੇਟ ਦੱਸ ਰਹੇ ਹੋ, ਇਹਦੇ ਵਿੱਚ ਪਹੁੰਚ ਅਲੱਗ ਹੁੰਦੀ ਹੈ ਜਾਂ ਪਹੁੰਚ ਤੁਹਾਡੀ? ਪਹੁੰਚ ਅਲੱਗ ਹੈ, ਪਹੁੰਚ ਅਲੱਗ ਹੈ ਜੀ। ਜੇ ਮੰਨ ਲਓ ਇੱਕ ਇਕੱਠਾ ਤੁਹਾਡੇ ਕੋਲ ਆਰਡਰ ਆ ਜਾਂਦਾ ਹੈਗਾ, ਕੋਈ ਕੋਠੀ ਦਾ 5-10 ਕੋਠੀਆਂ ਦਾ, ਜਾਂ ਕੋਈ ਪਿੰਡ ਦਾ ਆ ਜਾਂਦਾ, ਪੂਰੇ ਗਲੀਆਂ ਪੱਕੀਆਂ ਕਰਨੀਆਂ, ਤਾਂ ਤੁਸੀਂ ਉਹਦਾ ਕਿੰਨੀ ਦਿਨ ਦੇ ਵਿੱਚ ਵਾਅਦਾ ਕਰਦੇ ਹੋ? ਉਹ ਆਰਡਰ ਦੇ ਹਿਸਾਬ ਨਾਲ ਜੀ, ਜਦੋਂ ਵੀ ਅਗਲਾ ਆਰਡਰ ਦੇ ਕੇ ਜਾਂਦਾ। ਤੁਸੀਂ ਐਂ ਮੰਨ ਲਓ ਜੇ ਜ਼ਿਆਦਾ ਅਗਲੇ ਦਾ ਮਟੀਰੀਅਲ ਹੋਊ, ਜ਼ਿਆਦਾ ਟਾਇਲ ਹੋਊਗੀ, ਤਾਂ ਮਹੀਨਾ ਵੀ ਲੱਗ ਸਕਦਾ ਹੈ, ਨਹੀਂ 15 ਦਿਨ ਵੀ, ਹਫ਼ਤਾ ਵੀ, ਜਿਹੜੇ ਹਿਸਾਬ ਨਾਲ ਅਗਲਾ ਆਰਡਰ ਦੇ ਕੇ ਜਾਂਦਾ ਉਸ ਹਿਸਾਬ ਨਾਲ ਜੀ। ਜਿਹੜਾ ਤੁਸੀਂ ਮਟੀਰੀਅਲ ਬਾਰੇ ਦੱਸਿਆ, ਤੁਸੀਂ ਹੋਰ ਕੋਈ ਖਾਸ ਜਾਣਕਾਰੀ ਜਿਹੜੀ ਇਸ ਲੋਕ ਟਾਇਲ ਦੇ ਵਿੱਚ ਹੁੰਦੀ ਹੈ ਜਿਹਨੂੰ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਕਿਵੇਂ ਜੀ? ਕਈ ਵਾਰ ਇਹ ਹੁੰਦਾ ਨਾ ਵੀ ਦੂਜੀਆਂ ਜਿਹੜੇ ਟਾਇਲਾਂ ਬਣਾਉਂਦੇ ਆ ਫੈਕਟਰੀ, ਜਿਵੇਂ ਤੁਸੀਂ ਕਹਿੰਦੇ ਹੋ, ਕੋਈ ਕਿਹੋ ਜਿਹਾ ਮਟੀਰੀਅਲ ਪਾਉਂਦਾ ਹੈ ਵੀ ਜਿਹਦੇ ਕਾਰਨ ਨੁਕਸਾਨ ਹੁੰਦਾ ਬਾਅਦ ਦੇ ਵਿੱਚ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਵਧੀਆ ਮਟੀਰੀਅਲ ਪਾਉਂਦੇ ਹਾਂ, ਅਤੇ ਜਿਹੜੀ ਨੁਕਸਾਨਦਾਇਕ ਲੋਕ ਟਾਇਲ ਹੁੰਦੀ ਹੈ ਉਹਦਾ ਕੀ ਕਾਰਨ? ਉਹਦਾ ਕਾਰਨ ਹੁੰਦਾ ਜੀ, ਜਿਵੇਂ ਅਗਲਾ ਸਸਤੀ ਦੇ ਦਿੰਦਾ ਮਟੀਰੀਅਲ, ਮਾੜਾ ਤਾਂ ਵੈਸੇ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਮਾੜਾ ਪਾਵਾਂ ਜਾਂ ਮੇਰੀ ਮਾਰਕੀਟ ਫੇਲ ਹੋਵੇ, ਕੋਈ ਵੀ ਨਹੀਂ ਚਾਹੁੰਦਾ। ਪਰ ਜਿੱਥੋਂ ਅਗਲਾ ਸਸਤੀ ਮੰਗਦਾ, ਸਸਤੀ ਲਾਉਂਦੇ ਆ, ਵਿੱਚ ਹੁਣ ਰੇਤਾ ਪਾ ਦਿੰਦੇ ਨੇ ਜਾਂ ਬਜਰੀ ਮਾੜੀ ਪਾਉਂਦੇ ਨੇ, ਹਲਕੀ ਪਾਉਂਦੇ ਨੇ, ਕੱਚੀ ਪਾਉਂਦੇ ਨੇ, ਜਿਵੇਂ ਚਿੱਟੀ ਬਜਰੀ ਹੁੰਦੀ ਆ ਉਹ ਕੱਚੀ ਹੁੰਦੀ ਹੈ ਜੀ। ਜੇ ਇੱਦੋਂ ਵੀ ਆਪਾਂ ਵਧੀਆ ਪਾਉਂਦੇ ਹਾਂ ਤਾਂ ਜਿਹੜੀ ਨੀਲੀ ਹੁੰਦੀ ਆ ਉਹ ਬਜਰੀ, ਨੀਲੀ ਬਜਰੀ ਹੁੰਦੀ ਆ ਉਹ ਸਭ ਤੋਂ ਵਧੀਆ ਹੁੰਦੀ ਹੈ, ਸਭ ਤੋਂ ਬੈਸਟ ਹੁੰਦੀ ਹੈ। ਜਾਣੇ ਇਹ ਨਾ ਵਾਲੀ ਵਧੀਆ, ਨਾ ਵਾਲੀ ਮਾੜੀ ਹੈ ਜਿਵੇਂ ਆਪਾਂ ਕਹਿ ਦਈਏ। ਬਾਕੀ ਅਗਲੇ ਦੇ ਰੇਟ ਦੇ ਹਿਸਾਬ ਨਾਲ ਹੁੰਦਾ ਜੀ, ਜਿਹਨੇ ਹੁਣ ਜਿਹੜਾ ਹਲਕੀ, ਜੇ ਆਪਾਂ ਘੱਟ ਰੇਟ ਦੇਊਗਾ ਤਾਂ ਅਗਲਾ ਹਲਕੀ ਵੀ ਬਣਾਊਗਾ, ਜੇ ਆਪਾਂ ਅਗਲੇ ਨੂੰ ਰੇਟ ਵਧੀਆ ਦੇਵਾਂਗੇ ਤਾਂ ਕੋਈ ਵੀ ਇੰਡਸਟਰੀ ਵਾਲਾ ਮਾੜੀ ਚੀਜ਼ ਬਣਾਉਂਦਾ ਨਹੀਂ। ਠੀਕ ਹੈ ਜੀ ਦੋਸਤੋ, ਆਪਾਂ ਰੂੜੇ ਕੇ ਕਲਾਂ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਕਾਨੇ ਕੇ ਰੋਡ ਦੇ ਉੱਪਰ ਹੈ ਗੁਰੂ ਨਾਨਕ ਲੋਕ ਟਾਇਲ ਇੰਡਸਟਰੀ ਦੇ ਵਿੱਚ। ਆਪਣੇ ਨਾਲ ਸਤਨਾਮ ਸਿੰਘ ਸਨ ਜਿਹੜੇ ਓਨਰ ਨੇ ਲੋਕ ਟਾਇਲ ਇੰਡਸਟਰੀ ਦੇ। ਇਸ ਸਮੇਂ ਕੁਛ ਮਿਸਤਰੀ ਭਰਾ ਵੀ ਇੱਥੇ ਹੈ ਨੇ ਜਿਹੜੇ ਇਹ ਲੋਕ ਟਾਇਲ ਕਾਫੀ ਦੇਰ ਤੋਂ ਖਰੀਦਦੇ, ਉਹਨਾਂ ਤੋਂ ਵੀ ਆਪਾਂ ਕੁਛ ਜਾਣਕਾਰੀ ਲੈਂਦੇ ਹਾਂ। ਬਾਈ ਜੀ ਨੇੜੇ ਆ ਕੇ ਸਾਡੇ ਕੈਮਰੇ ਦੇ ਜਿਹੜਾ ਵੀਡੀਓ ਦੇ ਅੰਦਰ ਤੁਸੀਂ ਆਓ ਬਾਈ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੀ ਤੁਸੀਂ ਇਹ ਲੋਕ ਟਾਇਲ ਖਰੀਦਦੇ ਹੋ ਉੱਥੋਂ? ਬਹੁਤ ਬੰਦਿਆਂ ਨੂੰ ਲੋਕ ਟਾਇਲ ਦਵਾ ਕੇ ਲੈ ਕੇ ਜਾਂਦਾ ਜੀ ਮੈਂ, ਜਿੰਨੇ ਆਪਣੇ ਮਿੱਤਰ ਦੋਸਤ ਨੇ ਜੀ ਸਾਰਿਆਂ ਦੀ ਲੋਕ ਟਾਇਲ ਜਾਂਦੀ ਹੈ ਜੀ, ਇਹ ਬਹੁਤ ਵਧੀਆ ਰਿਜ਼ਲਟ ਆ ਜੀ ਇਹਦਾ। ਮਤਲਬ ਕੋਈ ਸ਼ਿਕਾਇਤ ਨਹੀਂ? ਕੋਈ ਸ਼ਿਕਾਇਤ ਨਹੀਂ ਜੀ ਇਹਦੀ। ਤੁਸੀਂ ਜਿਹੜੀ ਲੋਕ ਟਾਇਲ ਖਰੀਦਦੇ ਹੋ, ਕੀ ਕੋਈ ਵੀ ਮਿਸਤਰੀ ਜਿਹੜਾ ਹੈਗਾ ਉਹ ਅੱਗੇ ਜਿਹੜਾ ਲੋਕ ਟਾਇਲ ਜਿਵੇਂ ਤੁਸੀਂ ਦਵਾਉਂਦੇ ਹੋ, ਕਿਤੇ ਇਹ ਤਾਂ ਨਹੀਂ ਵਿੱਚ ਕਮਿਸ਼ਨ ਕੀਤਾ? ਨਹੀਂ ਨਹੀਂ ਜੀ, ਕੋਈ ਕਮਿਸ਼ਨ, ਸਾਡਾ ਕੋਈ ਕਮਿਸ਼ਨ ਵਾਲਾ ਕੰਮ ਨਹੀਂ ਗਾ ਜੀ, ਸਿੱਧੀ ਡਾਇਰੈਕਟ ਗੱਲ ਹੁੰਦੀ ਹੈ ਜੀ।
ਇਹ ਵੀਰ ਮਿਸਤਰੀ ਜਿਹੜੇ ਲੋਕ ਟਾਇਲ ਖਰੀਦਦੇ ਨੇ ਇਹ ਵੀ ਕਹਿ ਰਹੇ ਨੇ ਕਿ ਬਹੁਤ ਵਧੀਆ ਲੋਕ ਟਾਇਲ ਹੈ। ਮੈਨੂੰ ਵੀ ਪਤਾ ਲੱਗਿਆ ਸੀ ਤਾਂ ਹੀ ਮੈਂ ਇੱਥੇ ਆਇਆ। ਸੋ ਆਪਾਂ ਨੂੰ ਕਦੀ ਜ਼ਰੂਰਤ ਪਵੇ ਕਿਸੇ ਵੀ ਤਰ੍ਹਾਂ ਦੀ ਲੋਕ ਟਾਇਲ ਦੀ ਡਿਜ਼ਾਇਨ ਆਪਾਂ ਦੇਖ ਰਹੇ ਹਾਂ, ਇੱਕ ਜਾਣਕਾਰੀ ਦਿਓ ਮਿਸਤਰੀ, ਤੁਸੀਂ ਲੋਕ ਟਾਇਲ ਫਿੱਟ ਕਰਦੇ ਹੋ, ਡਿਜ਼ਾਇਨ ਜਿਹੜੇ ਹੈਗੇ ਇੱਥੇ ਕਿੰਨੇ ਤਰ੍ਹਾਂ ਦੇ ਡਿਜ਼ਾਇਨ ਫਿੱਟ ਤੁਸੀਂ ਲੈ ਕੇ ਗਏ ਹੋ? ਡਿਜ਼ਾਇਨ ਤਾਂ ਸਾਰੇ ਤਰ੍ਹਾਂ ਦੇ ਹੀ ਹੈ ਜੀ, ਜਿੰਨੇ ਨਵੇਂ ਮਾਡਲ 'ਚ ਡਿਜ਼ਾਇਨ ਨੇ ਜੀ ਸਾਰੇ ਤਿਆਰ ਮਿਲਦੇ ਜੀ। ਸਤਨਾਮ ਸਿੰਘ ਜੀ, ਤੁਸੀਂ ਦੱਸੋ ਤੁਹਾਡੇ ਕੋਲ ਕਿੰਨੇ ਤਰ੍ਹਾਂ ਦੇ ਡਿਜ਼ਾਇਨ ਤਿਆਰ? ਹੁਣ 6-7 ਡਿਜ਼ਾਇਨ ਤਿਆਰ ਨੇ ਜੀ ਸਾਡੇ ਕੋਲ। ਹਾਂਜੀ, 6-7 ਡਿਜ਼ਾਇਨ ਗੁਰੂ ਨਾਨਕ ਲੋਕ ਟਾਇਲ ਇੰਡਸਟਰੀ ਦੇ ਵਿੱਚ ਤਿਆਰ ਹੁੰਦੇ ਆ। ਆਪਣੇ ਨਾਲ ਇਸ ਸਮੇਂ ਕੁਛ ਵਰਕਰ ਨੇ ਜਿਹੜੇ ਇਸ ਲੋਕ ਟਾਇਲ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ, ਆਪਾਂ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ। ਭੈਣ ਜੀ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦੇ ਨੂੰ? ਤੁਸੀਂ ਇਹ ਲੋਕ ਟਾਇਲ ਆਪਣੇ ਹੱਥਾਂ ਦੇ ਰਾਹੀਂ ਜਿਹੜੀ ਆ ਜਾਂਦੇ ਹੋ, ਆਪਾਂ ਕੰਮ ਕਰਦੇ ਬਣਾਉਂਦੇ ਹੋ, ਅਤੇ ਜਿਹੜੇ ਵਰਕਰ ਲੈ ਕੇ ਜਾਂਦੇ ਨੇ ਜਾਂ ਮਿਸਤਰੀ ਕਾਰੀਗਰ ਲੈ ਕੇ ਜਾਂਦੇ ਨੇ, ਕੁਛ ਪੰਚਾਇਤ ਵਾਲੇ ਖਰੀਦ ਕੇ ਲੈ ਕੇ ਜਾਂਦੇ ਨੇ, ਕੀ ਤੁਹਾਨੂੰ ਲੱਗਦਾ ਵੀ ਕੋਈ ਸ਼ਿਕਾਇਤ ਦਾ ਮੌਕਾ ਮਿਲਿਆ ਹੋਵੇ ਕਦੀ? ਨਹੀਂ ਜੀ, ਸ਼ਿਕਾਇਤ ਦਾ ਮੌਕਾ ਨਹੀਂ ਹੈ। ਮਤਲਬ ਕਿਸ ਤਰ੍ਹਾਂ ਦੀ ਟਾਇਲ ਬਣ ਰਹੀ ਹੈ? ਬਹੁਤ ਵਧੀਆ ਟਾਇਲ ਬਣਦੀ ਹੈ ਜੀ, ਵਧੀਆ ਮਟੀਰੀਅਲ ਪਾਉਂਦੇ ਆ। ਕੋਈ ਟੁੱਟਣ ਦਾ ਜਾਂ ਹੋਰ ਕੋਈ ਸ਼ਿਕਾਇਤ ਨਹੀਂ ਆਉਂਦੀ? ਕੋਈ ਨਹੀਂ। ਮਾਤਾ ਜੀ, ਤੁਹਾਨੂੰ ਕਿੰਨਾ ਟਾਈਮ ਹੋ ਗਿਆ? 8 ਸਾਲ ਹੋ ਗਏ ਬੇਟਾ। 8 ਸਾਲ ਹੋ ਗਏ ਜੀ, ਕੋਈ ਉਲਾਂਭਾ ਨਹੀਂ ਆਇਆ ਕਿਸੇ ਗੱਲ ਦਾ, ਕਿਸੇ ਪੰਚਾਇਤ ਨੇ ਨਹੀਂ ਦਿੱਤਾ, ਕਿਸੇ ਪਿੰਡ 'ਚੋਂ ਆ ਕੇ ਨਹੀਂ। ਪੰਚਾਇਤਾਂ ਬਥੇਰੀਆਂ ਲੈ ਗਈਆਂ, ਪਿੰਡ ਦੇ ਬੰਦੇ ਬਹੁਤ ਲੈ ਗਏ ਦੂਰੋਂ ਦੂਰੋਂ, ਪਿੰਡ ਦਾ ਉਲਾਂਭਾ ਕੋਈ ਆਇਆ ਨਹੀਂ। ਸਾਨੂੰ 8 ਸਾਲ ਹੋ ਗਏ ਕੰਮ ਕਰਦਿਆਂ ਨੂੰ ਨਾਲ। ਇਹ ਵਰਕਰ ਭੈਣ ਜੀ ਕੰਮ ਕਰ ਰਹੇ ਨੇ, ਮਾਤਾ ਜੀ ਕੰਮ ਕਰ ਰਹੇ, ਇੱਧਰ ਇੱਕ ਛੋਟੇ ਵੀਰ ਜਿਹੜੇ ਹੈਗੇ ਇਹ ਵੀ ਇੰਡਸਟਰੀ ਦੇ ਛੋਟੇ ਮਾਲਕ ਕਹਿ ਸਕਦੇ ਹਾਂ। ਤੁਸੀਂ ਜਿਹੜੀ ਇਹ ਲੋਕ ਟਾਇਲ ਸੇਲ ਕਰਦੇ ਹੋ, ਕਿੰਨੀ ਦੇਰ ਤੋਂ ਤੁਸੀਂ ਪਿਤਾ ਜੀ ਨਾਲ ਕੰਮ ਕਰ ਰਹੇ? 4-5 ਸਾਲ। ਕਿੰਨੀ ਪੜ੍ਹਾਈ ਕੀਤੀ? +2 ਗਏ ਹਾਂ। ਹੁਣ +2 'ਚ ਪੜ੍ਹ ਰਹੇ ਹੋ, ਅਤੇ ਤੁਹਾਨੂੰ ਇਹ ਲੱਗਦਾ ਵੀ ਮੈਨੂੰ ਇਹ ਕੰਮ ਫਾਇਦੇਮੰਦ ਹੈ? ਹਾਂਜੀ ਲੱਗਦਾ ਜੀ। ਆਪਾਂ ਕਦੀ ਵੀ ਕਿਸੇ ਸਮੇਂ ਵੀ ਜ਼ਰੂਰਤ ਪਵੇ, ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਨੇ, ਆਪਾਂ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਹਾਂ, ਅਤੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਹੇ ਨੇ, ਆਪਾਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹਾਂ। ਕਦੀ ਜ਼ਰੂਰਤ ਪਵੇ ਆਪਾਂ ਕਾਨੇ ਕੇ ਰੋਡ ਦੇ ਉੱਪਰ ਰੂੜੇ ਕੇ ਕਲਾਂ ਪਿੰਡ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਆ ਕੇ ਵੀ ਲੋਕ ਟਾਇਲ ਖਰੀਦ ਸਕਦੇ ਹਾਂ। ਧੰਨਵਾਦ ਸਾਹਿਤ ਜਸਵੀਰ, ਅਗਲੇ ਵੀਡੀਓ ਦੇ ਲਈ ਆਗਿਆ ਦਿਓ। ਧੰਨਵਾਦ।